ਬਹੁਤ ਸਾਰੀਆਂ ਅਲਮੀਰਾਸ ਪਈਆਂ ਨੇ ਤੇ ਜਿਹੜੀਆਂ ਅਲਮੀਰਾਸ ਨੇ ਇਹਨਾਂ ਨੂੰ ਦੇਖ ਦੇਖ ਕੇ ਮੈਂ ਤਾਂ ਰੱਜ ਨਹੀਂ ਰਹੀ। ਤੇ ਜੇਕਰ ਡਾਇਨਿੰਗ ਟੇਬਲ ਦੇ ਡਿਜ਼ਾਈਨਸ ਦੀ ਗੱਲ ਕਰੀਏ ਤਾਂ ਡਾਇਨਿੰਗ ਟੇਬਲ ਦੇ ਡਿਜ਼ਾਈਨਸ ਬਹੁਤ ਵਧੀਆ ਨੇ ਔਰ ਡਿਜ਼ਾਈਨਸ ਦੇ ਨਾਲ ਨਾਲ ਜਿਹੜੀ ਇਹਨਾਂ ਦੀ ਕੁਆਲਿਟੀ ਆ ਜਿਹੜਾ ਮਟੀਰੀਅਲ ਆ ਉਹ ਵੀ ਬਹੁਤ ਵਧੀਆ। ਤੇ ਡਾਇਨਿੰਗ ਟੇਬਲ ਜੇਕਰ ਸੋਹਣਾ ਵੀ ਹੋਵੇ, ਕੰਫਰਟ ਹੋਵੇ ਬੈਠਣ ਦੇ ਵਿੱਚ, ਤਾਂ ਫਿਰ ਕੌਣ ਚਾਹੁੰਦਾ ਹੈ ਕਿ ਡਾਇਨਿੰਗ ਟੇਬਲ ਹੁੰਦੇ ਹੋਏ ਵੀ ਬੰਦਾ ਆਪਣੀ ਲੌਬੀ ਦੇ ਵਿੱਚ ਜਾ ਕੇ ਇਕੱਲਾ ਬੈਠੇ। ਅਤੇ ਜੇਕਰ ਤੁਸੀਂ ਅਲਮੀਰਾ ਬਾਏ ਕਰਨੀ ਆ ਪਠਾਨਕੋਟ ਦੇ ਏਰੀਏ 'ਚ ਹੋ, ਕਿਤੇ ਆਸ ਪਾਸ ਹੋ, ਜਾਂ ਫਿਰ ਤੁਸੀਂ ਕਿਤੇ ਦੂਰ ਵੀ ਹੋ ਲਾਈਕ ਚੰਡੀਗੜ੍ਹ ਹੋ ਜਾਂ ਤੁਸੀਂ J&K 'ਚ ਹੋ, ਕਿਤੇ ਵੀ ਹੋ ਤੁਸੀਂ, ਤਾਂ ਤੁਸੀਂ ਇੱਥੋਂ ਔਡਰ ਕਰਕੇ ਆਪਣਾ ਜਿਹੜਾ ਫਰਨੀਚਰ ਆ ਮੰਗਵਾ ਸਕਦੇ ਹੋ। ਜੇਕਰ ਤੁਸੀਂ ਇਹਨਾਂ ਨੂੰ ਆ ਕੇ ਦੱਸ ਦਿੰਦੇ ਹੋ ਕਿ ਤੁਹਾਡੇ ਆਫਿਸ ਦਾ ਜਿਹੜਾ ਏਰੀਆ ਬਣਿਆ ਹੋਇਆ ਕਿੰਨਾ ਹੈ, ਜਾਂ ਉਹਨਾਂ ਦੀਆਂ ਵਾਲਸ ਦਾ ਕਲਰ ਕੀ ਆ, ਯਾਨੀ ਕਿ ਜਿਹੜੀਆਂ ਕੰਧਾਂ ਨੇ ਉਹਨਾਂ ਦਾ ਪੇਂਟ ਦਾ ਕਲਰ ਕੀ ਆ, ਉਸ ਹਿਸਾਬ ਨਾਲ ਇਹ ਤੁਹਾਨੂੰ ਦੱਸ ਵੀ ਦਿੰਦੇ ਨੇ ਕਿ ਤੁਸੀਂ ਆਹ ਵਾਲੇ ਕਲਰ ਦਾ ਟੇਬਲ ਔਰ ਆਹ ਵਾਲਾ ਡਿਜ਼ਾਈਨ ਲਓ, ਜ਼ਿਆਦਾ ਵਧੀਆ ਲੱਗੂਗਾ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੈਂ ਹਨਪ੍ਰੀਤ ਕੌਰ। ਤੁਹਾਨੂੰ ਸਾਰਿਆਂ ਨੂੰ ਪਤਾ ਵੱਖ ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਉੱਥੋਂ ਦੀਆਂ ਫੇਮਸ ਜਿਹੜੀਆਂ ਸ਼ੌਪਸ ਹੁੰਦੀਆਂ ਨੇ ਜਾਂ ਜਿਹੜੀਆਂ ਜਗ੍ਹਾਵਾਂ ਹੁੰਦੀਆਂ ਨੇ ਉਹਨਾਂ ਬਾਰੇ ਤੁਹਾਨੂੰ ਜਾਣੂ ਕਰਵਾਉਂਦੀਆਂ। ਅੱਜ ਗੱਲ ਕਰਦੇ ਹਾਂ ਹੋਮ ਸਵੀਟ ਹੋਮ। ਸਾਰਿਆਂ ਦਾ ਸੁਪਨਾ ਹੁੰਦਾ ਕਿ ਉਹਨਾਂ ਦਾ ਘਰ ਸੱਜਿਆ ਹੋਇਆ ਸੋਹਣਾ ਲੱਗੇ, ਚਾਹੇ ਆਫਿਸ ਹੋਵੇ, ਗਾਰਡਨ ਹੋਵੇ ਜਾਂ ਫਿਰ ਕੋਈ ਫਾਰਮ ਹਾਊਸ ਹੋਵੇ। ਸਾਰੇ ਚਾਹੁੰਦੇ ਨੇ ਕਿ ਸੱਜੇ ਹੋਏ ਬਹੁਤ ਸੋਹਣੇ ਲੱਗਣ, ਅਤੇ ਇਹਨਾਂ ਨੂੰ ਸਜਾਉਣ ਵਾਸਤੇ ਖਾਸ ਚੀਜ਼ ਦੀ ਜ਼ਰੂਰਤ ਹੁੰਦੀ ਆ, ਉਹ ਹੈ ਜੀ ਫਰਨੀਚਰ। ਪਠਾਨਕੋਟ ਦੇ ਵਿੱਚ ਰਿਫਲੈਕਸ਼ਨ ਫਰਨੀਚਰ ਦੇ ਜਿਹੜਾ ਸ਼ੋਰੂਮ ਆ ਉੱਥੇ ਮੈਂ ਤੁਹਾਨੂੰ ਅੱਜ ਲੈ ਕੇ ਆਈ ਹਾਂ, ਜਿਨ੍ਹਾਂ ਦੀ ਕੁਆਲਿਟੀ ਵੀ ਬਹੁਤ ਵਧੀਆ ਹੈ। ਅਤੇ ਅੰਦਰ ਚੱਲ ਕੇ ਡਿਜ਼ਾਈਨ ਦੇਖਦੇ ਹਾਂ, ਬਹੁਤ ਯੂਨੀਕ ਔਰ ਅਲੱਗ ਅਲੱਗ ਕਲਰਸ ਦੇ ਵਿੱਚ ਨੇ। ਆ ਜਾਓ ਸਾਰੇ ਮੇਰੇ ਨਾਲ, ਫਿਰ ਦੇਰ ਕਿਸ ਗੱਲ ਦੀ, ਆਪਾਂ ਚੱਲ ਕੇ ਅੰਦਰ ਦੇਖਦੇ ਹਾਂ ਫਰਨੀਚਰ। ਹੁਣ ਮੈਂ ਖੜੀ ਹਾਂ ਜੀ ਰਿਫਲੈਕਸ਼ਨ ਫਰਨੀਚਰ ਦੇ ਅੰਦਰ, ਅਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਜਿਹੜੇ ਹੁਣ ਫਲੋਰ 'ਤੇ ਖੜੀ ਹਾਂ, ਇੱਥੇ ਬੈੱਡ ਜਿਹੜੇ ਨੇ ਸਾਰੇ ਸਜਾਏ ਹੋਏ ਨੇ, ਅਲੱਗ ਅਲੱਗ ਕਲਰ ਨੇ, ਡਿਜ਼ਾਈਨ ਬਹੁਤ ਯੂਨੀਕ ਨੇ। ਔਰ ਜੇ ਕਿਸੇ ਨੂੰ ਲੱਗਦਾ ਕਿ ਸਾਨੂੰ ਆਹ ਕਲਰ ਸਾਡਾ ਫੇਵਰੇਟ ਆ, ਉਸ ਕਲਰ ਦੇ ਜਿਹੜੇ ਸਪੈਸ਼ਲ ਬੈੱਡ ਉਹ ਬਣਾ ਵੀ ਦਿੰਦੇ ਨੇ। ਜੇਕਰ ਕਿਸੇ ਨੇ ਸਾਈਜ਼ ਆਪਣੇ ਹਿਸਾਬ ਦੇ ਨਾਲ ਬਣਵਾਉਣਾ ਹੋਵੇ ਬੈੱਡ ਦਾ, ਤਾਂ ਉਹ ਵੀ ਬਣਾ ਦਿੰਦੇ ਨੇ। ਔਰ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਬੈੱਡਰੂਮ ਦਾ ਸਾਈਜ਼ ਥੋੜ੍ਹਾ ਛੋਟਾ ਹੈ ਜਾਂ ਫਿਰ ਵੱਡਾ ਹੈ, ਤੁਸੀਂ ਉਸ ਹਿਸਾਬ ਨਾਲ ਚਾਹੁੰਦੇ ਹੋ, ਤਾਂ ਉਸ ਹਿਸਾਬ ਨਾਲ ਵੀ ਜਿਹੜਾ ਮੈਨੂਫੈਕਚਰਿੰਗ ਹੈ ਇਹਨਾਂ ਦੀ ਆਪਣੀ ਆ, ਔਰ ਮੈਨੂਫੈਕਚਰ ਕਰਕੇ ਤੁਹਾਨੂੰ ਆਪਣੇ ਹਿਸਾਬ ਦੇ ਨਾਲ ਦੇ ਦਿੰਦੇ ਨੇ। ਅਤੇ ਬਹੁਤ ਸੋਹਣੇ ਡਿਜ਼ਾਈਨ ਬਣੇ ਨੇ। ਹੁਣ ਆਪਾਂ ਚੱਲਦੇ ਹਾਂ ਦੂਸਰੇ ਸੈਕਸ਼ਨ 'ਚ, ਦੇਖਦੇ ਹਾਂ ਕਿ ਉੱਥੇ ਕੀ ਪਿਆ। ਹੁਣ ਅਸੀਂ ਪਹੁੰਚ ਗਏ ਹਾਂ ਆਫਿਸ ਸੈਕਸ਼ਨ ਦੇ ਵਿੱਚ, ਯਾਨੀ ਕਿ ਜਿੱਥੇ ਆਫਿਸ ਦੇ ਵਿੱਚ ਰੱਖਣ ਵਾਲੇ ਟੇਬਲ ਔਰ ਚੇਅਰਸ ਪਏ ਆ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਟੇਬਲ ਔਰ ਚੇਅਰਸ ਪਈਆਂ ਨੇ ਬਹੁਤ ਹੀ ਕੰਫਰਟੇਬਲ ਆ। ਕਈ ਵਾਰ ਹੁੰਦਾ ਆਫਿਸ ਦੇ ਵਿੱਚ ਜਦੋਂ ਮੀਟਿੰਗ ਹਾਲ ਦੇ ਵਿੱਚ ਅਸੀਂ ਜਾਂਦੇ ਹਾਂ, ਤਾਂ ਜਦੋਂ ਅਸੀਂ ਚੇਅਰ ਥੋੜ੍ਹੀ ਬਹੁਤ ਖਿੱਚਦੇ ਹਾਂ ਜਾਂ ਫਿਰ ਕਿਤੇ ਜਾਂਦੇ ਹਾਂ, ਤਾਂ ਇੱਕ ਚੇਅਰ ਖਿੱਚਣ ਦੇ ਨਾਲ ਬਹੁਤ ਸਾਰੇ ਜਿਹੜੇ ਨਾਲ ਨਾਲ ਬੈਠੇ ਮੈਂਬਰ ਹੁੰਦੇ ਆ ਉਹ ਡਿਸਟਰਬ ਹੋ ਜਾਂਦੇ ਆ। ਅਤੇ ਇੱਥੇ ਮੈਂ ਤੁਹਾਨੂੰ ਦਿਖਾ ਦੇਵਾਂ ਕਿ ਜੇਕਰ ਅਸੀਂ ਚੇਅਰ ਖਿੱਚਦੇ ਵੀ ਹਾਂ, ਦੇਖੋ ਬਿਲਕੁਲ ਵੀ ਇਹ ਜਿਹੜੀਆਂ ਚੇਅਰਸ ਆ ਆਵਾਜ਼ ਨਹੀਂ ਕਰਦੇ, ਅਤੇ ਆਵਾਜ਼ ਨਾ ਕਰਨ ਕਰਕੇ ਜਿਹੜੇ ਨਾਲ ਬੈਠੇ ਬੰਦੇ ਆ ਉਹ ਡਿਸਟਰਬ ਨਹੀਂ ਹੁੰਦੇ। ਜੇਕਰ ਤੁਸੀਂ ਇਹਨਾਂ ਨੂੰ ਆ ਕੇ ਦੱਸ ਦਿੰਦੇ ਹੋ ਕਿ ਤੁਹਾਡੇ ਆਫਿਸ ਦਾ ਜਿਹੜਾ ਏਰੀਆ ਬਣਿਆ ਹੋਇਆ ਕਿੰਨਾ ਹੈ, ਜਾਂ ਉਹਨਾਂ ਦੀਆਂ ਵਾਲਸ ਦਾ ਕਲਰ ਕੀ ਆ, ਯਾਨੀ ਕਿ ਜਿਹੜੀਆਂ ਕੰਧਾਂ ਨੇ ਉਹਨਾਂ ਦਾ ਪੇਂਟ ਦਾ ਕਲਰ ਕੀ ਆ, ਉਸ ਹਿਸਾਬ ਨਾਲ ਇਹ ਤੁਹਾਨੂੰ ਦੱਸ ਵੀ ਦਿੰਦੇ ਨੇ ਕਿ ਤੁਸੀਂ ਆਹ ਵਾਲੇ ਕਲਰ ਦਾ ਟੇਬਲ ਔਰ ਆਹ ਵਾਲਾ ਡਿਜ਼ਾਈਨ ਲਓ, ਜ਼ਿਆਦਾ ਵਧੀਆ ਲੱਗੂਗਾ। ਅਗਲੇ ਸੈਕਸ਼ਨ 'ਚ ਚੱਲਦੇ ਹਾਂ, ਦੇਖਦੇ ਹਾਂ ਫਿਰ ਅੱਗੇ ਹੋਰ ਕਿਹੜਾ ਫਰਨੀਚਰ ਪਿਆ। ਹੁਣ ਮੈਂ ਪਹੁੰਚ ਗਈ ਹਾਂ ਅਲਮੀਰਾ ਸੈਕਸ਼ਨ ਦੇ ਵਿੱਚ, ਜਿਹੜਾ ਕਿ ਘਰ ਦੇ ਵਿੱਚ ਮੇਨ ਚੀਜ਼ ਹੁੰਦੀ ਹੈ, ਮੇਨ ਸੈਕਸ਼ਨ ਹੁੰਦਾ, ਕਿਉਂਕਿ ਐਜ਼ ਆ ਗਰਲ ਜ਼ਿਆਦਾਤਰ ਹੁੰਦਾ ਕਿ ਜਿਹੜੇ ਸਾਡੇ ਕੱਪੜੇ ਆ, ਸਾਡੀ ਜੁਐਲਰੀ ਆ, ਉਹ ਸੇਫ ਰਹੇ ਔਰ ਇੱਕ ਜਗ੍ਹਾ 'ਤੇ ਪਈ ਰਹੇ। ਇੱਕ ਚੀਜ਼ ਹੋਰ ਦੱਸਦਾ, ਇੱਥੇ ਬਹੁਤ ਸਾਰੀਆਂ ਅਲਮੀਰਾਸ ਪਈਆਂ ਨੇ, ਅਤੇ ਜਿਹੜੀਆਂ ਅਲਮੀਰਾਸ ਨੇ ਇਹਨਾਂ ਨੂੰ ਦੇਖ ਦੇਖ ਕੇ ਮੈਂ ਤਾਂ ਰੱਜ ਨਹੀਂ ਰਹੀ, ਕਿਉਂਕਿ ਬਹੁਤ ਪਿਆਰੀਆਂ ਲੱਗ ਰਹੀਆਂ ਨੇ। ਹੁਣ ਮੈਂ ਆਪਣੀ ਸਭ ਤੋਂ ਫੇਵਰੇਟ ਪਲੇਸ ਦੇ ਉੱਪਰ ਪਹੁੰਚੀ ਹਾਂ, ਯਾਨੀ ਕਿ ਗਾਰਡਨ। ਇੱਥੇ ਗਾਰਡਨ ਨੂੰ ਸਜਾਉਣ ਵਾਸਤੇ ਵੀ ਬਹੁਤ ਸਾਰਾ ਫਰਨੀਚਰ,
ਆ, ਗਾਰਡਨ ਦੇ ਵਿੱਚ ਪਏ ਹੁੰਦੇ ਜਿਹੜੇ ਕਾਫੀ ਸਾਰੇ ਝੂਲੇ ਵੀ ਪਏ ਹੁੰਦੇ ਆ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਅਸੀਂ ਜਿਹੜਾ ਗਾਰਡਨ ਆ ਉਹਨੂੰ ਸਜਾਉਂਦੇ ਹਾਂ, ਟੇਬਲ ਹੋ ਜਾਂਦੇ ਆ, ਚੇਅਰਸ ਹੋ ਜਾਂਦੀਆਂ ਨੇ, ਬਹੁਤ ਸਾਰੀਆਂ ਨੇ। ਹੁਣ ਮੈਂ ਪਹੁੰਚ ਗਈ ਹਾਂ ਡਾਇਨਿੰਗ ਟੇਬਲ ਸੈਕਸ਼ਨ ਦੇ ਵਿੱਚ, ਜਿਹੜਾ ਕਿ ਮੇਨਲੀ ਘਰ ਦੀ ਸਜਾਵਟ ਦਾ ਬਹੁਤ ਖੂਬਸੂਰਤ ਹਿੱਸਾ ਹੁੰਦਾ, ਜਿਹਦੇ 'ਤੇ ਬੈਠ ਕੇ ਆਰਾਮ ਨਾਲ ਫੈਮਲੀ ਦੇ ਸਾਰੇ ਮੈਂਬਰ ਸ਼ਾਮ ਦੇ ਟਾਈਮ, ਸਵੇਰ ਦੇ ਟਾਈਮ ਇਕੱਠੇ ਵੀ ਹੁੰਦੇ ਆ। ਅਤੇ ਜੇਕਰ ਡਾਇਨਿੰਗ ਟੇਬਲ ਦੇ ਡਿਜ਼ਾਇਨਸ ਦੀ ਗੱਲ ਕਰੀਏ ਤਾਂ ਡਾਇਨਿੰਗ ਟੇਬਲ ਦੇ ਡਿਜ਼ਾਇਨਸ ਬਹੁਤ ਵਧੀਆ ਨੇ, ਔਰ ਡਿਜ਼ਾਇਨਸ ਦੇ ਨਾਲ ਨਾਲ ਜਿਹੜੀ ਇਹਨਾਂ ਦੀ ਕੁਆਲਿਟੀ ਆ, ਜਿਹੜਾ ਮਟੀਰੀਅਲ ਆ, ਉਹ ਵੀ ਬਹੁਤ ਵਧੀਆ। ਜਦੋਂ ਅਸੀਂ ਕੋਈ ਵੀ ਫਰਨੀਚਰ ਬਾਏ ਕਰਦੇ ਹਾਂ, ਅਸੀਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਇਹਦੀ ਫਿਨਿਸ਼ਿੰਗ ਕਿੱਦਾਂ ਦੀ ਆ। ਉਹਦਾ ਮੇਨ ਰੀਜ਼ਨ ਹੁੰਦਾ ਕਿ ਪਿਆ ਘਰ ਦੇ ਵਿੱਚ ਸੋਹਣਾ ਲੱਗੇ, ਇੱਥੇ ਜਿਹੜਾ ਡਾਇਨਿੰਗ ਟੇਬਲ ਪਿਆ ਇਹਦਾ ਫਿਨਿਸ਼ਿੰਗ ਵੀ ਬਹੁਤ ਸੋਹਣੀ ਆ। ਸਾਨੂੰ ਇੱਦਾਂ ਨਹੀਂ ਲੱਗਦਾ ਕਿ ਜਿਵੇਂ ਮੈਂ ਵੀ ਹੁਣ ਹੱਥ ਲਗਾ ਰਹੀ ਹਾਂ, ਤਾਂ ਇੱਦਾਂ ਬਿਲਕੁਲ ਨਹੀਂ ਫੀਲ ਹੋ ਰਿਹਾ ਕਿ ਇਹ ਗੰਦਾ ਹੈ ਜਾਂ ਫਿਰ ਇੱਥੇ ਬਿਲਕੁਲ ਵੀ ਥੋੜ੍ਹੀ ਜਿਹੀ ਵੀ ਇਰੀਟੇਸ਼ਨ ਵਾਲੀ ਫੀਲਿੰਗ ਨਹੀਂ ਆਉਂਦੀ, ਬਲਕਿ ਬਹੁਤ ਹੀ ਸਮੂਥ ਔਰ ਬਹੁਤ ਹੀ ਵਧੀਆ ਫੀਲ ਹੁੰਦਾ ਜਦੋਂ ਅਸੀਂ ਡਾਇਨਿੰਗ ਟੇਬਲ 'ਤੇ ਵੀ ਹੱਥ ਲਾਉਂਦੇ ਹਾਂ, ਅਤੇ ਇਹਨੂੰ ਸਜਾਇਆ ਹੋਇਆ ਹੋਰ ਵੀ ਜ਼ਿਆਦਾ ਵਧੀਆ ਲੱਗਦਾ।